ਲੋਕੇਸ਼ ਬਸ ਦੀਪੂ ਨੂੰ ਕਹਿੰਦੀ ਡੋਨਰ ਨੇ ਨਵਦੀਪ ਸਿੰਘ ਅਸੀਂ ਇਹਨਾਂ ਨੂੰ ਮੈਕਸ ਹੋਸਪਿਟਲ ਦੇ ਵਿੱਚ ਭੇਜਿਆ ਜੀ ਮੈਕਸ ਹੋਸਪਿਟਲ 'ਚੋਂ ਅਗਲੇ 2-3 ਘੰਟਿਆਂ ਵਿੱਚ ਇਹਨਾਂ ਨੂੰ ਫੋਨ ਆਇਆ ਦੁਬਾਰਾ ਕਿ ਵੀ ਤੁਹਾਡੇ ਬਲੱਡ ਦੇ ਵਿੱਚ ਕਾਲਾ ਪੀਲੀਆ ਹੈ ਅਤੇ ਵੀ ਤੁਸੀਂ ਸਾਨੂੰ ਅਗਲੇ ਦਿਨ ਆ ਕੇ ਮੋਰਨਿੰਗ ਮਿਲੋ ਅਸੀਂ ਇੱਥੇ ਆਏ ਤਾਂ ਇੱਥੇ ਦੀਪਰਾਜ ਜੀ ਅਤੇ ਬਲੱਡ ਬੈਂਕ ਦੇ ਇੰਚਾਰਜ ਆਈ ਬੀ ਅਗਰਵਾਲ ਦੋਨੋਂ ਮੌਜੂਦ ਸੀਗੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਸਾਨੂੰ ਰਿਪੋਰਟ ਦਿੱਤੀ ਗਈ ਹੈ ਅਤੇ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਹੈਗਾ ਵੀ ਸਾਡੇ ਇੱਕ ਨੀਚੇ ਡਾਕਟਰ ਅਮਿਤ ਜਿੰਦਲ ਨੇ ਉਹਨਾਂ ਨਾਲ ਤੁਸੀਂ ਕੰਸਲਟ ਕਰੋ ਅਸੀਂ ਇੱਥੇ ਜਦੋਂ ਆਏ ਤਾਂ ਡਾਕਟਰ ਅਮਿਤ ਜਿੰਦਲ ਰਾਊਂਡ 'ਤੇ ਗਏ ਹੋਏ ਸੀ ਸਾਡੇ ਕੋਲ ਇੱਕ ਹੋਰ ਕੇਸ ਸੀਗਾ ਜਿਹਦੇ ਕਰਕੇ ਅਸੀਂ ਸਾਨੂੰ ਜਾਣਾ ਪਿਆ ਜਦੋਂ ਅਸੀਂ ਸਿਵਲ ਹੋਸਪਿਟਲ ਦੇ ਵਿੱਚੋਂ ਵੀ ਅਸੀਂ ਰਿਪੋਰਟ ਚੈੱਕ ਕਰਵਾਈ ਅਤੇ ਜੀ ਐੱਸ ਲੈਬ 'ਚੋਂ ਚੈੱਕ ਕਰਵਾਈ ਅਤੇ ਉੱਥੇ ਨੈਗੇਟਿਵ ਆਇਆ ਅਸੀਂ ਵਾਪਸ ਇਹਨਾਂ ਕੋਲ 2 ਦਿਨ ਪਹਿਲਾਂ ਆਏ ਤਾਂ ਇਹਨਾਂ ਨੇ ਡਾਕਟਰ ਆਈ ਬੀ ਅਗਰਵਾਲ ਨਾਲ ਜਦੋਂ ਅਸੀਂ ਬਲੱਡ ਬੈਂਕ ਦੀ ਟੀਮ ਨੇ ਗੱਲ ਕਰਵਾਈ ਸਾਡੀ ਉਹਨਾਂ ਨਾਲ ਫੋਨ 'ਤੇ ਤਾਂ ਉਹਨਾਂ ਨੇ ਸਾਨੂੰ ਇੱਕੋ ਗੱਲ ਕੀ ਕਹਿੰਦੇ ਯਾਰ ਮੈਂ ਕਿਉਂ ਆਵਾਂ ਅਤੇ ਮੇਰੇ ਕੋਲ ਤਾਂ ਟਾਈਮ ਹੈ ਨਹੀਂ ਆਉਂਦਾ ਮਿਸਬਿਹੇਵ ਤਾਂ ਸਰ ਇੰਨਾ ਹੈ ਕਿ ਵੀ ਜੇ ਇੱਕ ਡੋਨਰ ਦੀ ਕਦਰ ਨਹੀਂ ਕਰ ਸਕਦੇ ਹੋ ਜਾਂ ਇੱਕ ਸੋਸਾਇਟੀ ਦੀ ਕਦਰ ਨਹੀਂ ਕਰ ਸਕਦੇ ਤਾਂ ਇਹੋ ਜਿਹੇ ਬਲੱਡ ਬੈਂਕ ਨੂੰ ਅਤੇ ਇਹੋ ਜਿਹੇ ਹੋਸਪਿਟਲ ਨੂੰ ਬੰਦ ਕਰ ਦੇਣਾ ਚਾਹੀਦਾ ਸਰਕਾਰ ਤੋਂ ਵੀ ਮੰਗ ਕਰਦੇ ਜਿਹੜੇ ਢੌਂਕ ਇਹਨਾਂ ਨੇ ਕੀਤਾ ਹੋਇਆ ਵੀ ਸਾਡੀ ਇੱਥੇ ਸਿਰਫ ਬਲੱਡ ਬੈਂਕ ਦੇ ਵਿੱਚ ਜਿਹੜੇ ਟੈਸਟ ਹੁੰਦੇ ਉਹ ਕਿਤੇ ਹੋਰ ਨਹੀਂ ਹੁੰਦੇ ਪਹਿਲਾਂ ਅਸੀਂ ਦੁਬਾਰਾ ਜਦੋਂ ਅਸੀਂ ਆਏ ਸੀਗੇ ਜਦੋਂ ਇਹਦੀ ਰਿਪੋਰਟ ਲੈ ਕੇ ਕਿ ਵੀ ਇੱਦਾਂ ਕਰਕੇ ਆਹ ਗੱਲਬਾਤ ਹੋਈ ਹੈ ਤਾਂ ਇਹਨਾਂ ਨੇ ਸਾਨੂੰ ਇੱਕੋ ਗੱਲ ਕਹੀ ਕਿ ਵੀ ਨਹੀਂ ਇੱਦਾਂ ਨਹੀਂ ਕੁਦਰਤੀ ਸਾਡੇ ਕੋਈ ਪੇਸ਼ੈਂਟ ਖੜ੍ਹੇ ਸੀਗੇ ਜਿਨ੍ਹਾਂ ਦੀ ਰਿਪਲੇਸਮੈਂਟ ਦੀ ਯੂਨਿਟ ਇੱਕ ਯੂਨਿਟ ਦਾ ਉਹਨਾਂ ਨੇ 2100 ਰੁਪਏ ਚਾਰਜ ਕੀਤਾ ਵੈਸੇ ਉਹਨਾਂ ਨੇ 4 ਯੂਨਿਟ ਇੱਥੇ ਰਿਪਲੇਸਮੈਂਟ ਕਰਵਾਉਣੀਆਂ ਸੀ ਮੈਂ ਪੁੱਛਣਾ ਚਾਹੁੰਦਾ ਵੀ ਆਲ ਓਵਰ ਇੰਡੀਆ ਦੇ ਵਿੱਚ ਕਿਹੜਾ ਇਹਨਾਂ ਨੂੰ ਲਾਅ ਇਹਨਾਂ ਨੂੰ ਪੜ੍ਹ ਲਿਆ ਕਿ ਵੀ ਜਿਹੜਾ ਬੰਦਾ ਰਿਪਲੇਸਮੈਂਟ ਨਾ ਦੇ ਸਕਦਾ ਹੋਵੇ ਉਹ 2100 ਰੁਪਏ 1 ਯੂਨਿਟ ਦਾ ਇਹਨਾਂ ਕੋਲ ਚਾਰਜ ਕਰੇਗਾ ਇਹ ਫਰੌਡ ਹੋ ਰਿਹਾ ਬਿਲਕੁਲ ਇਕੱਲਾ ਇੱਥੇ ਨਹੀਂ ਪ੍ਰਾਈਵੇਟ ਬਲੱਡ ਬੈਂਕ ਸਾਰੇ ਹੀ ਇੱਦਾਂ ਕਰ ਰਹੇ ਹੈ ਸਰ ਜੇ ਅਸੀਂ ਇੱਕ ਬਲੱਡ ਡੋਨਰ ਹੈਗੇ ਹਾਂ ਤਾਂ ਅਸੀਂ ਇਹ ਚਾਹੁੰਦੇ ਹਾਂ ਵੀ ਇਹਨਾਂ ਦੀ ਜਿਹੜੀ ਆ ਇਹਨਾਂ ਨੇ ਢੌਂਕ ਕੀਤਾ ਹੋਇਆ ਇਹ ਬੰਦ ਹੋ ਜੇ ਨਹੀਂ ਤਾਂ ਇਹਨਾਂ ਨੂੰ ਅਸੀਂ ਵਰਲਡ ਲੈਵਲ 'ਤੇ ਜਿੰਨੇ ਬਲੱਡ ਡੋਨਰ ਨੇ ਸਾਡੇ ਬਠਿੰਡੇ ਦੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਉਹ ਸਾਰੇ ਇਕੱਠੇ ਹੋ ਕੇ ਇਹਨਾਂ ਨਾਲ ਕੁਛ ਨਾ ਕੋਈ ਹੱਲ ਕੱਢਣਾ ਪਏਗਾ ਪ੍ਰਾਈਵੇਟ ਬਲੱਡ ਬੈਂਕ ਵਾਲਿਆਂ ਦਾ ਸਰ ਇਹੀ ਹੈ ਜੀ ਵੀ 21 ਤਰੀਕ ਨੂੰ ਰਾਤ ਨੂੰ ਅਸੀਂ ਬਲੱਡ ਡੋਨੇਟ ਕਰਨ ਆਏ ਸੀਗੇ ਜੀ ਉਦੋਂ ਬਲੱਡ ਡੋਨੇਟ ਕੀਤਾ ਅਤੇ ਇਹਨਾਂ ਨੇ ਮਤਲਬ ਕਿ ਮੈਨੂੰ 2 ਘੰਟਿਆਂ ਬਾਅਦ ਕਾਲ ਆ ਗਈ ਵੀ ਤੁਹਾਡੇ ਬਲੱਡ ਦੇ ਵਿੱਚ ਹੈਪਾਟਾਈਟਿਸ ਬੀ ਕਾਲਾ ਪੀ ਲਿਆ ਜੀ ਅਤੇ ਕਹਿੰਦੇ ਤੁਸੀਂ ਸਾਡੇ ਕੋਲ ਆ ਜਾਓ ਰਿਪੋਰਟਾਂ ਲੈ ਜਾਓ ਮੈਂ ਹੋਸਪਿਟਲ ਗਿਆ ਅਤੇ ਇਹਨਾਂ ਨੇ ਮਤਲਬ ਕਿ ਰਿਪੋਰਟਸ ਦੇਣ ਤੋਂ ਮਨਾ ਕਰਤਾ ਕਹਿੰਦੇ ਅਸੀਂ ਹੱਥ ਨਾਲ ਲਿਖਤੀ ਦੇ ਦਿੰਦੇ ਹਾਂ ਅਤੇ ਡਾਕਟਰ ਨੂੰ ਦਿਖਾ ਲਓ ਮੈਂ ਕਿਹਾ ਨਹੀਂ ਮੈਨੂੰ ਰਿਪੋਰਟਸ ਦੇ ਦਿਓ ਮੈਂ ਦਿਖਾਵਾਂ ਜਿੱਥੇ ਮਰਜ਼ੀ ਅਸੀਂ ਇਹਨਾਂ ਨੇ ਡਾਕਟਰ ਲਿਖ ਕੀਤਾ ਉਹਦੇ ਕੋਲ ਗਏ ਬਟ ਉਹ ਰਾਊਂਡ 'ਤੇ ਸੀ ਫਿਰ ਮਤਲਬ ਕਿ ਅਸੀਂ ਬਾਹਰ ਕਰੋਸ ਚੈਕਿੰਗ ਕਰਵਾਈ ਦੁਬਾਰਾ ਟੈਸਟ ਕਰਵਾਏ ਸਾਰੇ ਕਿੱਥੋਂ ਕਰਵਾਏ ਸੀ ਸਰ ਟੈਸਟ ਅਸੀਂ ਜੀ ਐੱਸ ਲੈਬ ਮਾਲਵਾ ਲੈਬ 'ਚੋਂ ਰਿਪੋਰਟਾਂ ਕਰਾਈਆਂ ਉਹ 'ਚ ਬਿਲਕੁਲ ਨੈਗੇਟਿਵ ਆਇਆ ਕੋਈ ਇਸ਼ੂ ਨਹੀਂ ਸੀ ਫਿਰ ਮੈਂ ਉਹਨੂੰ ਮਤਲਬ ਕਿ ਮੈਂ ਆਪਦੇ ਪੇਰੈਂਟਸ ਦਾ ਵੀ ਵਾਈਫ ਦਾ ਮਤਲਬ ਕਿ ਆਪਦੇ ਸਨ ਦਾ ਦੋਨਾਂ ਦਾ ਕਰਵਾਇਆ ਉਹ ਵੀ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਆ ਕੇ ਮਿਲੇ ਵੀ ਤੁਸੀਂ ਆ ਕੇ ਸਾਡੇ ਨਾਲ ਗੱਲ ਕਰੋ ਅਤੇ ਡਾਕਟਰ ਆਈ ਬੀ ਅਗਰਵਾਲ ਬਲੱਡ ਬੈਂਕ ਦੇ ਇੰਚਾਰਜ ਉਹ ਕਹਿੰਦੇ ਤੁਹਾਡੇ ਤੋਂ ਜੋ ਹੁੰਦਾ ਤੁਸੀਂ ਕਰ ਲਓ ਅਸੀਂ ਨਹੀਂ ਆ ਸਕਦੇ ਉਸ ਤੋਂ ਅਗਲੇ ਦਿਨ ਫਿਰ ਮੈਂ SRL ਸਭ ਤੋਂ ਵੱਡੀ ਲੈਬੋਰਟਰੀ ਆਪਣੇ ਬਠਿੰਡੇ ਦੀ ਉੱਥੋਂ ਟੈਸਟ ਕਰਾਇਆ ਉਹ ਵੀ ਬਿਲਕੁਲ ਸਹੀ ਆਇਆ ਬਿਲਕੁਲ ਨੈਗੇਟਿਵ ਅਤੇ ਹੁਣ ਅਸੀਂ ਇਹਨਾਂ ਕੋਲ ਆਏ ਹਾਂ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਕਿਤੇ ਪੁਲਿਸ ਕੰਪਲੇਂਟ ਵਗੈਰਾ ਕੁਛ ਕਰਵਾਇਆ ਪੁਲਿਸ ਸਰ ਅਸੀਂ ਮਤਲਬ ਕਿ ਪਹਿਲਾਂ ਤਾਂ ਕੁਛ ਨਹੀਂ ਕਰਾਇਆ ਹੁਣ ਅਸੀਂ ਇੱਥੇ ਆਏ ਜਦੋਂ ਸਾਨੂੰ ਮਿਲ ਨਹੀਂ ਰਹੇ ਸਾਡੀ ਸੁਣਵਾਈ ਨਹੀਂ ਹੋ ਰਹੀ ਫਿਰ ਅਸੀਂ PCR ਵਾਲਿਆਂ ਨੂੰ ਕੰਪਲੇਂਟ ਦਿੱਤੀ PCR ਵਾਲਿਆਂ ਨੂੰ ਕੰਪਲੇਂਟ ਦਿੱਤੀ ਕੋਈ ਅਫਸਰ ਨਾਲ ਗੱਲ ਹੋਈ ਤੁਹਾਡੀ ਨਹੀਂ ਹਜੇ ਨੰਬਰ PCR ਵਾਲਿਆਂ ਨੂੰ ਅਸੀਂ ਇੱਕ ਵਾਰੀ ਕੰਪਲੇਂਟ ਦਿੱਤੀ ਹੈ ਜੀ ਬਸ ਇਹਨੂੰ ਮੈਂ ਬਲੱਡ ਡੋਨੇਟ ਕਰਕੇ ਮੈਂ ਗਲਤੀ ਕੀਤੀ ਕੋਈ ਇਹਦਾ ਮਤਲਬ ਇਹੀ ਹੈ ਮੇਰਾ ਓ ਨੈਗੇਟਿਵ ਬਲੱਡ ਹੈ ਰੇਅਰ ਬਲੱਡ ਹੈ ਫਿਰ ਵੀ ਮੈਂ ਦੇਣ ਆਉਂਦਾ ਇਹਨਾਂ ਨੇ ਮੇਰੇ ਨਾਲ ਇਹੋ ਜਿਹਾ ਖਿਲਵਾੜ ਕੀਤਾ ਮੈਂ ਤਾਂ ਇਹੀ ਚਾਹੁੰਦਾ ਵੀ ਇਹੋ ਜਿਹਾ ਕੁਛ ਕਿਸੇ ਪੇਸ਼ੈਂਟ ਨਾਲ ਨਾ ਹੋਵੇ ਅਤੇ ਨਾ ਹੀ ਇਹ ਕਰਨ ਕੀ ਸਰਕਾਰ ਤੋਂ ਮੰਗ ਕਰਦੇ ਸਰਕਾਰ ਤੋਂ ਮੰਗ ਇਹੀ ਹੈ ਜੀ ਵੀ ਇਹੋ ਜਿਹੇ ਮਤਲਬ ਕਿ ਜਿਹੜੇ ਡਿਪਾਰਟਮੈਂਟ ਹੈ ਉਹਨਾਂ ਨੂੰ ਬਸ ਇਹ ਮਤਲਬ ਕਿ ਜ਼ਿਆਦਾ ਬੈਨ ਲਗਾ ਦੇਣ ਜਾਂ ਬੰਦ ਕਰ ਦੇਣ ਕਹਿੰਦੇ ਅਸੀਂ ਮੰਨਦੇ ਫਿਰ ਸਰ ਮੈਂ ਬਠਿੰਡੇ ਦੀ ਸਭ ਤੋਂ ਵੱਡੀ ਲੈਬ ਹੈ ਸਾਰਿਆਂ ਵੱਡੀ ਲੈਬ ਹੈਗੀ ਬਠਿੰਡੇ ਦੀ ਉੱਥੋਂ ਕਰਾਇਆ 0.6 ਸਰ ਅੱਜ ਜਿਹੜਾ ਮੁੱਦਾ ਸੀਗਾ ਅਸੀਂ ਅੰਦਰ ਆਉਣ ਲੱਗੇ ਤੁਹਾਡੇ ਸਿਕਿਉਰਿਟੀ ਵਾਲਿਆਂ ਨੇ ਰੋਕਿਆ ਇਹਦਾ ਕੀ ਰੀਜ਼ਨ ਹੈ ਸਰ ਦੇਖੋ ਇਹ ਕਿਉਂ ਰੋਕਿਆ ਗਿਆ ਇਹ ਕੋਈ ਵੀ ਅੰਦਰ ਆਉਂਦਾ ਹੈਗਾ ਬਿਨਾਂ ਪਾਸ ਤੋਂ ਉਹਨੂੰ ਪੁੱਛਿਆ ਜਾਂਦਾ ਹੈਗਾ ਤੁਸੀਂ ਕਿਉਂ ਅੰਦਰ ਆਏ ਹੋ ਹਸਪੀਟਲ ਦੇ ਅੰਦਰ ਫੋਟੋਗ੍ਰਾਫੀ ਬਿਨਾਂ ਪਰਮਿਸ਼ਨ ਦੇ ਲੈਣਾ ਮਨਾ ਹੈਗਾ ਕਿਉਂਕਿ ਹੋਰ ਵੀ ਬੜੇ ਪੇਸ਼ੈਂਟ ਨੇ ਸਰ ਅਸੀਂ ਪੇਸ਼ੈਂਟ ਨੂੰ ਤਾਂ ਕਿਸੇ ਨੂੰ ਪਰੇਸ਼ਾਨ ਹੀ ਨਹੀਂ ਕਰ ਰਹੇ ਜਦੋਂ ਇਹ ਗੱਲਬਾਤ ਹੋਈ ਹੈ ਵੀ ਕਾਲਾ ਪੀਲੀਆ ਨਿਕਲਿਆ ਹੈ
ਹਸਪਤਾਲ ਨਾਲ ਇੰਨੀ ਵੱਡੀ ਜਾਂ ਛੋਟੀ ਕੁਛ ਵੀ ਲਾ ਲਓ ਤੁਸੀਂ, ਵੀ ਇਨਗੋਲੀ ਤਾਂ ਹੋਈ ਹੈ ਨਾ? ਨਹੀਂ ਨਹੀਂ ਹੋਈ, ਬਿਲਕੁਲ ਗਲਤ ਹੈ, ਤੁਹਾਡੇ ਸਾਹਮਣੇ ਪਾਰਟੀਆਂ ਨਾਲ ਗੱਲ ਹੋਈ ਹੈ, ਸਾਰੇ ਬੈਠੇ ਨੇ, ਸਰ ਕੋਈ ਐਲੀਗੇਸ਼ਨ ਲਗਾ ਰਹੇ ਨੇ, ਅਸੀਂ ਅੰਦਰ ਵੜਨ ਦੇ ਉਹਦੇ ਨਾਲ ਦੀ ਨਾਲ ਰੋਕ ਲਿਆ, ਕਹਿੰਦਾ ਤੁਸੀਂ ਅੰਦਰ ਨਹੀਂ ਜਾ ਸਕਦੇ, ਨੈਚੁਰਲੀ ਅੰਦਰ ਤੁਹਾਡੀ ਐਮਰਜੈਂਸੀ 'ਚ ਹੋਰ ਵੀ ਪੇਸ਼ੈਂਟ ਐਡਮਿਟ ਨੇ ਸਰ। ਜਦੋਂ ਪੁਲਿਸ ਆਈ ਹੈ, ਪੁਲਿਸ ਆ ਕੇ ਅਸੀਂ ਉਹਨਾਂ ਦੇ ਨਾਲ ਵੜਨ ਲੱਗੇ, ਕਹਿੰਦੇ ਤੁਸੀਂ ਅੰਦਰ ਨਹੀਂ ਜਾਣਾ, ਅਸੀਂ ਕੋਈ ਗਲਤ ਬੰਦੇ ਹਾਂ, ਮੀਡੀਆ ਕੋਈ ਜਨਤਾ ਦੇ ਲਈ ਕੰਮ ਕਰ ਰਿਹਾ ਬੰਦਾ ਨਹੀਂ ਹੈ। ਜਦੋਂ ਐਮਰਜੈਂਸੀ ਜਦੋਂ ਕਹਿ ਰਿਹਾ ਸੀ ਮੀਡੀਆ ਲੇਗਾ, ਐਮਰਜੈਂਸੀ 'ਚ ਕੋਈ ਵੀ ਪੁੱਛੇਗਾ ਉਹਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ। ਐਮਰਜੈਂਸੀ 'ਚ ਹੋਰ ਵੀ ਪੇਸ਼ੈਂਟ ਹੁੰਦੇ ਨੇ ਟਰੋਮਾ ਦੇ, ਐਮਰਜੈਂਸੀ 'ਚ ਲੋਕੀ ਐਕਸੀਡੈਂਟ ਤੋਂ ਬਾਅਦ ਐਡਮਿਟ ਹੋਏ ਹੁੰਦੇ ਨੇ, ਉੱਥੇ ਅੰਦਰ ਮੀਡੀਆ ਆਏਗਾ, ਐਮਰਜੈਂਸੀ ਜਿਹੜੇ ਐਡਮਿਟ ਨੇ ਉਹ ਘਬਰਾ ਜਾਣਗੇ ਯਾਰ। ਜਿਹੜਾ ਬੰਦਾ ਐਡਮਿਟ ਹੈ ਇਲਾਜ ਕਰਾ ਰਿਹਾ ਉਹ ਕਹੇਗਾ ਮੇਰੀ ਫੋਟੋ ਖਿੱਚਣ ਆ ਗਏ, ਤੁਸੀਂ ਗੱਲ ਸਮਝੋ ਸਰ। ਮੈਂ ਤੁਹਾਨੂੰ ਕੀ ਕਹਿ ਰਿਹਾ, ਆਫਿਸ ਦੇ ਵਿੱਚ ਆ ਰਹੇ ਡਾਇਰੈਕਟਲੀ, ਨਾ ਕਿ ਕਿਸੇ ਐਮਰਜੈਂਸੀ 'ਚ ਜਾਂ ਕਿਸੇ ਆਫਿਸ ਜਾਣ ਦਾ ਰਸਤਾ ਕਿਹੜਾ ਹੈਗਾ? ਨੋਰਮਲੀ ਵੜਨ ਦਾ ਤੁਹਾਨੂੰ ਮੈਂ ਪਾਸਿਸ ਦਵਾਂਗਾ ਤਾਂ ਕਿ ਤੁਹਾਨੂੰ ਅੱਗੇ ਤੋਂ ਇਸ ਤਰ੍ਹਾਂ ਦੀ ਕਦੀ ਪਰੇਸ਼ਾਨੀ ਨਾ ਆਏ। ਔਰ ਤੁਹਾਨੂੰ ਜਿਹੜਾ ਅਗਰ ਮਹਿਸੂਸ ਹੋਇਆ, ਮੈਂ ਉਹਦੀ ਮਾਫੀ ਮੰਗਦਾ। ਮੇਰੀ ਕੋਸ਼ਿਸ਼ ਹੈ ਤੁਹਾਨੂੰ ਮੈਂ ਜਲਦ ਤੋਂ ਜਲਦ ਪਾਸ ਦਵਾਂ ਤਾਂ ਕਿ ਤੁਸੀਂ ਆਰਾਮ ਨਾਲ ਅੰਦਰ ਆ ਸਕੋ। ਔਰ ਉਹਦੇ 'ਚ ਤੁਹਾਨੂੰ ਸਾਰੀ ਟਰਮਸ ਐਂਡ ਕੰਡੀਸ਼ਨਸ ਵੀ ਹੋਣਗੀਆਂ, ਕਿਸ ਤਰ੍ਹਾਂ ਆਉਣਾ, ਕਿੱਥੋਂ ਆਉਣਾ, ਕਿੱਥੇ ਤੁਸੀਂ ਬੈਠ ਸਕਦੇ ਹੋ। ਨਹੀਂ ਸਰ, ਉਹ ਅੰਦਰ ਕਹਿ ਰਹੇ ਵੀ ਦੋ ਜਣਿਆਂ ਦੀ ਪਰਮਿਸ਼ਨ ਅੰਦਰ, ਕਿਹਦਾ? ਦੋ ਜਣਿਆਂ ਦੀ ਪਰਮਿਸ਼ਨ ਪ੍ਰੈਸ ਦੀ, ਹਾਂਜੀ, ਬਾਕੀ ਗੇਟ ਵਾਲੇ ਬਾਕੀ ਨਹੀਂ ਅੰਦਰ ਜਾ ਸਕਦੇ। ਪ੍ਰੈਸ ਵਾਲੇ ਕਹਿਣ ਅਸੀਂ ਅੰਦਰ ਆਉਣਾ ਚਾਹੁੰਦੇ, ਉਹਨਾਂ ਨੂੰ ਅੰਦਰ ਆਉਣ ਦੇਣਾ ਚਾਹੀਦਾ। ਹੋ ਹੀ ਨਹੀਂ ਸਕਦਾ ਸਰ ਕਦੇ ਵੀ। ਅਸੀਂ ਸਰਕਾਰੀ ਹਸਪਤਾਲ 'ਚ ਵੀ ਜਾਂਦੇ, ਹਰ ਜਗ੍ਹਾ ਜਾਂਦੇ ਹਾਂ, ਜਦੋਂ ਮਰੀਜ਼ ਪਿਆ ਹੁੰਦਾ ਅਸੀਂ ਕਦੇ ਨਹੀਂ ਕਵਰੇਜ ਕਰਦੇ। ਪਹਿਲਾਂ ਡਾਕਟਰ ਦਾ ਕੰਮ ਹੈ ਮਰੀਜ਼ ਦੀ ਜਾਨ ਬਚਾਉਣਾ, ਉਸ ਤੋਂ ਬਾਅਦ ਸਾਡਾ ਕੰਮ ਹੈ, ਠੀਕ ਹੈ ਨਾ? ਇਸ ਲਈ ਐਮਰਜੈਂਸੀ 'ਚ ਅਸੀਂ ਇਸ ਤਰ੍ਹਾਂ ਨਹੀਂ ਆਉਣ ਦਿੰਦੇ। ਤੁਸੀਂ ਆਫਿਸ ਜਾਣਾ ਚਾਹੁੰਦੇ ਹੋ, ਜੀ ਸਦਕੇ ਆਓ, ਜਦੋਂ ਮਰਜ਼ੀ ਆਓ, ਪਾਸ ਦਵਾਂਗਾ ਤਾਂ ਕਿ ਕੋਈ ਤੁਹਾਨੂੰ ਰੋਕੇ ਵੀ ਨਾ ਆਫਿਸ 'ਚ ਜਾਣ। ਸਰ ਅੱਜ ਦਾ ਵਿਸ਼ਾ ਹੀ ਇਹ ਸੀ, ਅਸੀਂ ਆਫਿਸ 'ਚ ਹੀ ਆ ਰਹੇ ਸੀਗੇ, ਹੋਰ ਕੋਈ ਨਾ ਇੱਧਰ ਉੱਧਰ ਕਿਤੇ ਵੀ। ਜਿਹੜਾ ਆਫਿਸ ਹੈਗਾ ਮੇਰਾ, ਆਫਿਸ ਹਸਪੀਟਲ ਤੋਂ ਹਟ ਕੇ ਇਸ ਲਈ ਹੁੰਦਾ ਹੈ ਕਿ ਹਸਪੀਟਲ 'ਚ ਪੇਸ਼ੈਂਟ ਪਰੇਸ਼ਾਨ ਨਾ ਹੋਏ ਜਦੋਂ ਅਸੀਂ ਇੱਕ ਦੂਜੇ ਨੂੰ ਮਿਲੀਏ। ਇਹ ਜਿਹੜੀ ਤੁਸੀਂ ਬਿਲਡਿੰਗ ਦੇਖੀ ਨਾਲ ਹੀ, ਜਿਹੜੀ ਹਸਪੀਟਲ ਤੋਂ ਹਟਵੀਂ ਬਿਲਡਿੰਗ ਹੈ, ਸਾਡਾ ਆਫਿਸ ਹਸਪੀਟਲ ਤੋਂ ਹਟ ਕੇ ਇਸ ਲਈ ਬਣਾਇਆ ਜਾਂਦਾ ਹੈ ਕਿ ਅਸੀਂ ਇਹਨਾਂ ਨੂੰ ਡਿਸਟਰਬ ਨਾ ਕਰੀਏ, ਜਿਹਨਾਂ ਦਾ ਕੇਅਰ ਚੱਲ ਰਹੀ ਹੈ। ਅਸੀਂ ਅਗਰ ਕਿਸੇ ਨੂੰ ਮਿਲਣਾ ਮਿਲਾਣਾ ਹੈ, ਅਸੀਂ ਆਪਣੇ ਆਫਿਸ ਜਾ ਸਕਦੇ ਹਾਂ। ਸਰ ਜਿਹੜੀ ਅੱਜ ਇਹ ਮਿਸਬਿਹੇਵਿੰਗ ਹੋਈ ਹੈ ਇਹਨਾਂ ਨਾਲ, ਇਹਦੇ ਬਾਰੇ ਕੀ ਕਹੋਗੇ? ਤੁਹਾਡੀ ਸੈਟੀਸਫੈਕਟਰੀ ਕੀ ਹੋਗੀ? ਸਰ ਇਹ ਇੱਕ ਪੂਰੀ ਮਿਸਅੰਡਰਸਟੈਂਡਿੰਗ ਸੀਗੀ, ਜਿਹੜੀ ਕਿ ਜਦੋਂ ਇਹਨਾਂ ਨੂੰ ਸਾਰਾ ਅਸੀਂ ਵੇਰਵਾ ਦੱਸਿਆ ਤੇ ਇਹਨਾਂ ਨੂੰ ਹੁਣ ਸਮਝ ਆਈ ਹੈ, ਤੇ ਇਹ ਵੀ ਕਹਿ ਰਹੇ ਨੇ ਕਿ ਇਹ ਸਾਨੂੰ ਕਲੀਅਰਲੀ ਪਹਿਲਾਂ ਅਗਰ ਪ੍ਰੋਪਰਲੀ ਦੱਸਤਾ ਜਾਂਦਾ ਤੇ ਸ਼ਾਇਦ ਇੰਨੀ ਮਿਸਅੰਡਰਸਟੈਂਡਿੰਗ ਨਾ ਹੁੰਦੀ। ਇਹਦੇ ਵਿੱਚ ਇਹਨਾਂ ਨੇ ਬਲੱਡ ਡੋਨੇਸ਼ਨ ਦਿੱਤਾ ਸੀਗਾ, ਜਦੋਂ ਇਹਨਾਂ ਨੇ ਬਲੱਡ ਡੋਨੇਟ ਦਿੱਤਾ ਸੀ, ਅਸੀਂ ਬਹੁਤ ਸਕਰੀਨਿੰਗ ਟੈਸਟ ਕਰਦੇ ਹਾਂ। ਅਗਰ ਸਾਡੀ ਕਿਸੇ ਵੀ ਸਕਰੀਨਿੰਗ ਟੈਸਟ ਕੁਛ ਥੋੜ੍ਹਾ ਵੀ ਸਾਨੂੰ ਸ਼ੁਬਾ ਜਾਂ ਸ਼ਿਕਵਾ ਲੱਗੇ ਤੇ ਅਸੀਂ ਉਹ ਪੇਸ਼ੈਂਟ ਨੂੰ ਫਿਰ ਕਹਿੰਦੇ ਹਾਂ ਕਿ ਤੁਸੀਂ ਇੱਕ ਵਾਰੀ ਇਹਦੀ ਕਨਫਰਮੇਟਰੀ ਰਿਪੋਰਟਸ ਲੈ ਲਓ ਡਾਕਟਰ, ਦੂਜੇ ਕੰਸਰਨ ਡਾਕਟਰ ਕੋਲ ਜਾ ਕੇ। ਇਹਨਾਂ ਨੂੰ ਵੀ ਲਿਖ ਕੇ ਦਿੱਤਾ ਸੀ ਕਿ ਤੁਸੀਂ ਗੈਸਟ ਵਾਲੇ ਡਾਕਟਰ ਨੂੰ ਦਿਖਾ ਲਓ। ਅਗਰ ਇੱਥੇ ਗਏ ਹੁੰਦੇ ਤੇ ਇਸ ਡਾਕਟਰ ਨੇ ਇਹਨਾਂ ਨੂੰ ਕਨਫਰਮੇਟਰੀ ਟੈਸਟ ਲਿਖ ਦੇਣੇ ਸੀ। ਕਨਫਰਮੇਟਰੀ ਟੈਸਟ ਨਾਲ ਕਲੀਅਰ ਹੋ ਜਾਂਦਾ ਹੈ ਕਿ ਜਿਹੜਾ ਸ਼ੁਬਾ ਹੈਗਾ, ਸ਼ਿਕਵਾ ਹੈਗਾ, ਜਿਹੜਾ ਥੋੜਾ ਜਿਹਾ ਡਾਊਟ ਹੈਗਾ, ਉਹ ਨਿਕਲ ਜਾਂਦਾ ਹੈ ਕਿ ਵੀ ਹੈ ਕਿ ਨਹੀਂ ਹੈ। ਅਸੀਂ ਜਦੋਂ ਸਾਨੂੰ ਡਾਊਟ ਪੈ ਜਾਂਦਾ ਤੇ ਅਸੀਂ ਉਹ ਬਲੱਡ ਨਹੀਂ ਚੜਾਉਂਦੇ ਕਿਸੇ ਪੇਸ਼ੈਂਟ ਨੂੰ, ਕਿਉਂਕਿ ਕੋਈ ਵੀ ਡਾਊਟਫੁਲ ਬਲੱਡ ਨਾ ਚੜਾਉਣਾ ਇਹ ਬਲੱਡ ਬੈਂਕ ਦੀ ਪਾਲਿਸੀ ਹੈਗੀ ਹੈ। ਇਹਦੇ ਨਾਲ ਸਾਨੂੰ ਕਿਸੇ ਨੂੰ ਹਰਟ ਕਰਨਾ ਜਾਂ ਕਿਸੇ ਨੂੰ ਗਲਤ ਇਲਜ਼ਾਮ ਲਾਉਣਾ ਇਸ ਤਰ੍ਹਾਂ ਦੀ ਕੋਈ ਮਨਸ਼ਾ ਨਹੀਂ। ਸਰ ਉਹਨਾਂ ਦਾ ਕਹਿਣਾ, ਤੁਹਾਡੇ ਡਾਕਟਰਾਂ ਨੇ 3 ਵਾਰ ਕੰਸਲਟ ਕੀਤਾ ਗਿਆ, ਉਹਨਾਂ ਨੂੰ ਕੋਈ ਰਾਏ ਨਹੀਂ ਦਿੱਤੀ ਗਈ, ਨਾ ਉਹਨਾਂ ਨੂੰ ਕੋਈ ਸਲਾਹ ਦਿੱਤੀ। ਤੁਸੀਂ ਇੱਕ ਗੱਲ ਦੱਸੋ, ਜਿਹੜੇ ਬੰਦਿਆਂ ਨੂੰ ਪਹਿਲੇ ਦਿਨ ਹੀ ਜਦੋਂ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ, ਅਗਰ ਇਹ ਲਿਖ ਕੇ ਦਿੱਤਾ ਗਿਆ ਹੈ, ਇਹ ਕਿਹੜੇ ਡਾਕਟਰ ਨੇ ਲਿਖ ਕੇ ਦਿੱਤਾ? ਆਪਣੀ ਜਗ੍ਹਾ 'ਤੇ ਸਹੀ ਹੈ, ਪਰ ਆਪਕੇ ਡਾਕਟਰ ਤੋਂ ਉਹਨਾਂ ਨੂੰ ਗਾਈਡ ਕਰਨਾ ਜ਼ਰੂਰੀ ਥਾ ਕਿ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਲਓ ਕਿ ਇਹਨਾਂ ਨੇ ਗਾਈਡ ਨਹੀਂ ਕੀਤਾ। ਡਾਕਟਰ ਸਾਹਿਬ ਦੱਸੋ ਜੀ, ਡਾਕਟਰ ਸਾਹਿਬ ਦੱਸੀਏ ਕੀ ਗੱਲ? ਸਰ ਪਹਿਲੇ ਦਿਨ ਗਾਈਡ ਕੀਤਾ ਗਿਆ, ਸਲਿੱਪ ਲਿਖ ਦਿੱਤੀ ਗਈ ਹੈ, ਇਹਦੇ ਵਿੱਚ ਸਾਰੀਆਂ ਗੱਲਾਂ ਸਮਝਾਈਆਂ ਗਈਆਂ ਔਰ ਰਿਪੋਰਟ ਦਿੱਤੀ ਗਈ ਹੈ, ਜਿਹੜੀ ਕਿ ਰਿਪੋਰਟ ਦੇਣੀ ਬਲੱਡ ਬੈਂਕ ਦਾ ਕੰਮ ਨਹੀਂ ਹੈ, ਕਿਉਂਕਿ ਸਕਰੀਨਿੰਗ ਟੈਸਟ ਹੁੰਦੇ ਇਹ ਬਲੱਡ ਬੈਂਕ 'ਚ ਹੀ ਰਹਿਣੀ ਹੈ। ਸਿਰਫ ਇਹਨਾਂ ਦੇ ਇਹ ਬੰਦਾ ਰੋਜ਼ ਮੇਰੇ ਕੋਲ ਆਉਂਦਾ, ਮੈਨੂੰ ਤਾਂ ਮਤਲਬ ਸਮਝ ਤੋਂ ਬਾਹਰ ਹੈ ਕਿ ਇਹ ਇਲਜ਼ਾਮ ਮੇਰੇ 'ਤੇ ਕਿਉਂ ਲਗਾਏ ਜਾ ਰਹੇ। ਪ੍ਰੋਪਰਲੀ ਗਾਈਡ ਕੀਤਾ ਗਿਆ, ਬਿਠਾ ਕੇ ਆਰਾਮ ਨਾਲ ਗਾਈਡ ਕੀਤਾ ਗਿਆ, ਸਭ ਕੁਛ ਸਮਝਾਇਆ ਗਿਆ, ਉਸ ਤੋਂ ਬਾਅਦ ਕੀ ਹੋਇਆ ਆਈ ਡੋਂਟ ਨੋ। ਇਸੇ ਚੀਜ਼ ਦਾ ਪਰੂਫ ਹੈ ਕਿ ਪ੍ਰੋਪਰਲੀ ਗਾਈਡ ਕੀਤਾ ਗਿਆ। ਸਾਡੇ ਕੋਲ ਫਾਰਮ ਹੈ ਜਿਸ ਤੋਂ ਸਾਈਨ ਲਿੱਤੇ ਗਏ ਕਿ ਅਸੀਂ ਬਕਾਇਦਾ ਕੰਸਲਟ ਕਰਕੇ ਸਭ ਕੁਝ ਦੱਸਿਆ। ਠੀਕ ਹੈ ਸਰ, ਓਕੇ। ਤੁਸੀਂ ਐਲੀਗੇਸ਼ਨ ਲਾਈ ਸੀ, ਹੁਣ ਤੁਸੀਂ ਜੱਜ ਸਾਹਿਬ ਤੁਸੀਂ ਚੌਂਕੀ ਦੇ ਇੰਚਾਰਜ ਹੋ, ਠੀਕ ਹੈ ਜੀ, ਤੁਸੀਂ ਇਹ ਗੱਲ ਕਹਿ ਰਹੇ ਹੋ। ਜਦੋਂ ਆਈ ਜੀ ਸਾਹਿਬ ਦਾ ਫੋਨ ਆਇਆ ਰਾਤੀ, ਮੇਰੇ ਖਿਆਲ ਸਾਰਿਆਂ ਨਾਲ ਪਹਿਲਾਂ ਤੁਹਾਡਾ ਫੋਨ ਹੀ ਮੇਰੇ ਕੋਲ ਸੀ, ਤੇ ਰਾਤ ਨੂੰ ਤੁਸੀਂ ਇਹ ਤਾਂ ਕੀ ਕਹਿਣਾ ਵੀ ਅਸੀਂ 2 ਵਜੇ ਤੱਕ ਤੁਹਾਡੇ ਨਾਲ ਇੱਥੇ ਖੜੇ ਰਹੇ ਹੈ, ਠੀਕ ਹੈ ਜੀ, ਤੇ ਉੱਤੋਂ ਜਦੋਂ ਆਈ ਜੀ ਮੈਂ ਚੌਂਕੀ ਦੇ ਵਿੱਚ
हाँ जी ब्लड दे रिलेटेड ही जो मैं आके इंचार्ज साहब को दसिया डिप्टी साहब ने पहला फोन किया डिप्टी साहब ने कहा कहते कोई गल नहीं मैं गल कर दें इंचार्ज साहब को रिपोर्ट गई है बकायदा तो इंचार्ज साहब ने उन्होंने बुलाया कि नहीं मैनू नहीं पता हले तक हूँ तुम डॉक्टर साहब न मिले इस गल तो संतुष्ट हो कि देखते ही एक बार हूँ कल मिलकर दोबारा डॉक्टर साहब न रिपोर्ट कहें की टैसट कहें करवाने